ਸ ਪੰਜਾਬੀ ਦੇਖਦੇ ਹੋਏ ਸਾਡੇ ਦਰਸ਼ਕਾਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅਜਾ ਮੁੱਦਾ ਦੇ ਵਿੱਚ ਆ ਗਰਾਉਂਡ ਤੋਂ ਦਿੱਲੀ ਤੋਂ ਤੁਹਾਨੂੰ ਮੋਰਚੇ ਦੀ ਅਪਡੇਟਸ ਪ੍ਰੋਵਾਈਡ ਕਰ ਰਹੇ ਆ ਲੇਕਿਨ ਅੱਜ ਮੈਂ ਪ੍ਰੋਗਰਾਮ ਦੇ ਵਿੱਚ ਕੁਝ ਥੋੜਾ ਡਿਫਰੈਂਟ ਕਰਨਾ ਚਾਹੁੰਦੀ ਸੀ ਤੁਹਾਡੇ ਨਾਲ ਸਾਡੀ ਨਿਊਜ਼ ਟੀਮ ਤੁਹਾਨੂੰ ਲਗਾਤਾਰ ਪਲ-ਪਲ ਦੀ ਖਬਰ ਜ਼ਰੂਰ ਦੇ ਰਹੀ ਹੈ ਬਟ ਇਸ ਐਪੀਸੋਡ ਦੇ ਵਿੱਚ ਮੈਂ ਥੋੜੀ ਜੀ ਸਾਡੇ ਇਤਿਹਾਸ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ ਕਿਸ ਤਰ੍ਹਾਂ ਜੋ ਸਾਡਾ ਸਿੱਖ ਇਤਿਹਾਸ ਹੈ ਸਾਡੇ ਗੁਰੂਆਂ ਨੇ ਜੋ ਸਾਨੂੰ ਦੇਣ ਦਿੱਤੀ ਉਹ ਕਿਸ ਤਰ੍ਹਾਂ ਅੱਜ ਇਸ ਮੋਰਚੇ ਵਿੱਚ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਕਿ ਉਹ ਧਾਰਮਿਕ ઓਰ ਸਪਿਰਚੁਅਲ ਗਾਈਡੈਂਸ ਸਾਡੇ ਲਈ ਛੱਡ ਕੇ ਗਏ ਜੋ ਅੱਜ ਇੱਕ ਪੋਲਿਟੀਕਲ ਅਰੀਨਾ ਦੇ ਵਿੱਚ ਵੀ ਇਸਤੇਮਾਲ ਹੋ ਰਹੀ ਹੈ ਤੇ ਇਸ ਚੀਜ਼ ਨੂੰ ਡਿਸਕਸ ਕਰਨ ਲਈ ਬਹੁਤ ਹੀ ਇਸਟੀਮਡ ਆਨਰੇਬਲ ਗੈਸਟਸ ਨਾਲ ਜੁੜਨਗੇ ਤੇ ਮੇਰੀ ਉਮੀਦ ਹੈ ਤੁਸੀਂ ਜ਼ਰੂਰ ਇਸ ਚੀਜ਼ ਨੂੰ ਸੁਣ ਕੇ ਤੁਹਾਡਾ ਵੀ ਹੌਸਲਾ ਬੁਲੰਦ ਹੋਏ ਕਿ ਜੋ ਤੁਸੀਂ ਉੱਥੇ ਬੈਠੇ ਹੋਈਓ ਸਕੈਨਡਾ ਬਰਾਜ ਨੂੰ ਫਿਕਰ ਹੋ ਰਹੀ ਹੈ ਸਾਡੇ ਸਾਰਿਆਂ ਦੀ ਤੇ ਇਸ ਮੋਰਚੇ ਵਿੱਚ ਪਹੁੰਚੇ ਹੋਏ ਜੋ ਪ੍ਰੋਟੈਸਟਰਸ ਇਹਨੇ ਸਮੇ ਤੋਂ ਬੈਠੇ ਹੋਏ ਸਾਡੇ ਬਜ਼ੁਰਗ ਸਾਡੀ ਮਾਵਾਂ ਤੀਆਂ ਬੀਬੀਆਂ ਆ ਉਹਨਾਂ ਦਾ ਹੌਸਲਾ ਕਿਸ ਤਰ੍ਹਾਂ ਉਲੰਧ ਹੋ ਰਿਹਾ ਹੈ ਇਸ ਚੀਜ਼ ਦੇ ਲਈ ਸਾਡਾ ਇਤਿਹਾਸ ਸਾਨੂੰ ਗਾਈਡੈਂਸ ਦਿੰਦਾ ਹੈ ਇਹਦੀ ਗੱਲ ਕਰਾਂਗੇ ਇੱਥੇ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਆ ਕਿਥੇ ਨਾ ਜਾਵੋ ਮਿਲਦੇ ਆ ਬ੍ਰੇਕ ਤੋਂ ਬਾਅਦ ਵਿਊਅਰਸ ਦਾ ਮੈਂ ਸਵਾਗਤ ਕਰਦੀ ਆ ਜਿੱਥੇ ਤੁਹਾਨੂੰ ਗਰਾਊਂਡ ਦੀ ਰਿਪੋਰਟਿੰਗ ਤੇ ਪਲ ਪਲ ਦੀ ਖਬਰ ਪ੍ਰੋਵਾਈਡ ਕਰ ਰਹੀ ਹੈ ਸਾਡੀ ਨਿਊਜ਼ ਦੀ ਟੀਮ ਸਾਡੀ ਟੀਮ ਇਸ ਮੋਰਚ ਨੂੰ ਲੈ ਕੇ ਇੱਕ ਇਤਿਹਾਸਿਕ ਤੌਰ ਤੇ ਮੈਂ ਤੁਹਾਡੇ ਨਾਲ ਕੁਝ ਅੱਜ ਗੱਲਾਂ ਬਾਤਾਂ ਕਰਨੀਆਂ ਚਾਹੁੰਦੀ ਆ ਦੇਖੋ ਜੀ ਇਸ ਅੰਦੋਲਨ ਨੇ ਜੋ ਮੂਵਮੈਂਟ ਬਣ ਚੁੱਕੀ ਹੈ ਇਨੂੰ ਡਿਰੇਲ ਕਰਨ ਲਈ ਕੁਝ ਇਹੋ ਜਿਹੇ ਨੈਰੇਟਿਵਸ ਅੱਗੇ ਰੱਖੇ ਜਾ ਰਹੇ ਕਿ ਇਹਦੇ ਵਿੱਚ ਏਕਤਾ ਨਹੀਂ ਹੈ ਇਹ ਸਿਰਫ ਸਿੱਖਾਂ ਦਾ ਹੈ ਜਾਂ ਇਹ ਕਿਸਾਨ ਅਨਪੜ੍ਹ ਕਿਸਾਨਾਂ ਦਾ ਅ ਅੰਦੋਲਨ ਨੇ ਤੇ ਕੁਝ ਇਹੋ ਜਿਹੀ ਚੀਜ਼ਾਂ ਮੈਂ ਤੁਹਾਡੇ ਨਾਲ ਅੱਜ ਡਿਸਕਸ ਕਰਨਾ ਚਾਹੁੰਦੀ ਆ ਕੁਝ ਐਕਸਪਰਟਸ ਤੁਹਾਡੇ ਨਾਲ ਆਪਾਂ ਮਿਲਾਨਾ ਚਾਹੁੰਦੇ ਆ ਜੋ ਇੱਕ ਇਤਿਹਾਸਿਕ ਤੌਰ ਤੇ ਥੋੜਾ ਤੁਹਾਨੂੰ ਕੰਟੈਕਸਟ ਪ੍ਰੋਵਾਈਡ ਕਰਨਗੇ ਕਿ ਕੀ ਸਾਡੀ ਹਿਸਟਰੀ ਸਾਨੂੰ ਦੱਸਦੀ ਕਿ ਲੈਸਨਸ ਆਪਾਂ ਹਿਸਟਰੀ ਤੋਂ ਸਿੱਖ ਸਕਦੇ ਆ ਤੇ ਕਿਸ ਤਰ੍ਹਾਂ ਉਹ ਇਸ ਅੰਦੋਲਨ ਤੇ ਅਪਲਾਈ ਹੁੰਦੇ ਤੇ ਇਸ ਮੂਵਮੈਂਟੂ ਸ਼ੇਪ ਦੇ ਨeta ਕਿ ਤੁਸੀਂ ਵੀ ਅੱਗੇ ਜਾ ਕੇ ਉਹ ਜੋ ਗਲਤ ਨੈਰੇਟਿਵਜ਼ ਆ ਰਹੇ ਹੈ ਕਿ ਸੰਦੋਲਨ ਦੇ ਵਿੱਚ ਇਕਤਾ ਨਹੀਂ ਕਿਸ ਤਰ੍ਹਾਂ ਦੇ ਪ੍ਰੋਟੈਸਟਰਸ ਇਹਦੇ ਵਿੱਚ ਸ਼ਾਮਿਲ ਹਨ ਉਹਨਾਂ ਦੇ ਖਿਲਾਫ ਜੋ ਕਿਹਾ ਜਾ ਰਿਹਾ ਹੈ ਤੁਸੀਂ ਵੀ ਉਹ ਨੈਰੇਟਿਵਜ਼ ਨੂੰ ਕਾਊਂਟਰ ਕਰ ਸਕੋ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਪਹੁੰਚੇ ਹਾਂ ਚੰਡੀਗੜ੍ਹ ਦੇ ਵਿੱਚ ਅਸ਼ੋਕ ਸਿੰਘ ਬਾਗੜੀਆ ਜੀ ਦੇ ਨਾਲ ਰੈਨਾਉਂਡ ਜਰਨਲਿਸਟ ਰਾਈਟਰ ਸਿਕਸ ਸਕਾਲਰ ਸਭ ਤੋਂ ਪਹਿਲੇ ਸਰ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਸასი ਸ਼ਾਲ सर थैंक यू सो मच ए तुसी सड्डे टाइम कड्या अम यू हैव अ ब्यूटीफुल होम हियर अ तुसी सानू इथे सदया वी अप्रिशिएट दैट बट सर जो आज तुसी ਸਾਡੇ ਵੀਵਰਜ਼ ਦੇ ਨਾਲ ਸ਼ੇਅਰ ਕਰਨ ਜਾ ਰਹੇ ਹੋ ਮੈਂ ਕਹਾਂਗੀ ਉਹ ਜਾਣਕਾਰੀ ਇਨਵੈਲਿਊਅਬਲ ਹੈਗੀ ਤੁਹਾਡੀ ਲਾਈਫ ਦਾ ਵਰਕ ਖਾਸ ਕਰਕੇ ਅੱਜ ਦੀ ਡੇਟ ਵਿੱਚ ਜੋ ਸਾਨੂੰ ਪਰਸਪੈਕਟਿਵ ਪ੍ਰੋਵਾਈਡ ਕਰ ਸਕਦਾ ਹੈ ਉਹ ਇੱਕ ਇਨਵੈਲਿਊਅਬਲ ਚੀਜ਼ ਹੈ ਸਭ ਤੋਂ ਪਹਿਲੇ ਸਰ ਸਿੱਖ ਇਤਿਹਾਸ ਕਿਸ ਤਰ੍ਹਾਂ ਦੀ ਲਹਿਰ ਸਿੱਖਾਂ ਦੇ ਵਿੱਚ ਕਿੰਨੀ ਲੰਬੇ ਸਮੇਂ ਤੋਂ ਆਈ ਆ ਰਹੀ ਹੈ ਜੋ ਅੱਜ ਸਾਨੂੰ ਇੱਕ ਵਾਰੀ ਫਿਰ ਇਸ ਅੰਦੋਲਨ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ ਸਿੱਖ ਧਰਮ ਦੀ ਜਿਹੜੀ ਜਿਹਨੂੰ ਕਹਿੰਦੇ ਇਹਦਾ ਪੈਦਾ ਹੋਣਾ ਹੀ ਇਟਸੈਲਫ ਇਜ਼ ਅ ਰਿਵੋਲਟ ਅਗੇਂਸਟ ਦੀ ਮੈਨੇਜਮੈਂਟ ਬਿਫੋਰ ਨਾਨਕ ਕਿਸੇ ਨੇ ਰਾਜੇ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਇਹ ਬਾਬਾ ਨਾਨਕ ਸੀ ਜਿਨੇ ਬਾਬਰ ਨੂੰ ਜਾਬਰ ਕਿਹਾ ਥੈਟ ਵਾਸ ਦੀ ਫਰਸਟ ਵਾਇਸ ਆਫ ਪ੍ਰੋਟੈਸਟ ਦੈਨ ਹੀ ਕੋਟ ਰੈਸਟ ਉਸ ਤੋਂ ਪਹਿਲਾਂ ਸਾਨੂੰ ਇੱਥੇ ਕੋਈ ਐਸੀ ਨਹੀਂ ਮਿਲਦੀ ਜਿਹਦੇ ਵਿੱਚ ਅਸੀਂ ਇਹ ਕਹਿ ਸਕੀਏ ਕਿ ਜਿਹੜਾ ਡਾਊਨ ਟ੍ਰੋਡਨ ਜਾਂ ਜਿਹਦੇ ਉੱਪਰ ਤਸ਼ੱਦਦ ਹੋ ਰਿਹਾ ਹੋਵੇ ਉਹਨੇ ਸਰਕਾਰ ਦੇ ਖਿਲਾਫ ਕੋਈ ਆਵਾਜ਼ ਉਠਾਈ ਹੋਵੇ सारे चुप चुपीते अपनी मार खा के दे ऑलमोस्ट एक्सेप्टेड दैट वे ऑफ लाइफ ये बाबा नानक ने ही आके किया, ये सब हराम जयता कुछ खाए है ये जो चीज़ा ने ये चीज़ा जे जीवे पत लथी जाए सब हराम जेता कुछ खाए यानक जी। की जीडी हैल स्पिरिट है which is surviving even today ji and this is total representation or a projection of that thing ji aur oh jehdi hai je vitti hor cheez jehdi hai oh zaruri hai ke it is not an uncontrolled protest ji oh de vich eh hai ke bhai kahon ko detna na pehmanat aan this is jada in 9th guru guru tegh bhadar ne kiya hai oh dono pas hai ki naam hai kise nu darna ਨਾਮ ਆ ਕਿਸੇ ਤੋਂ ਡਰਦਾ ਸੋ ਇਹ ਇੱਕ ਜਿਹੜਾ ਬਹਾਦਰ ਆਦਮੀ ਹੋਵੇ ਬਾਦਰ ਜਿਹੜਾ ਅੰਦਰੋਂ ਬਹਾਦਰ ਹੋਵੇ ਬਾਹਰੋਂ ਨਹੀਂ ਇਹ ਉਹਦੀ ਹੈ ਕਿ ਨਾਮ ਹੈ ਡਰਦਾ ਤੇ ਨਾਮ ਹੈ ਕਿਸੇ ਨੂੰ ਡਰਾਉਣਾ ਤੁਸੀਂ ਇਮੇਜਿਨ ਕਰੋ ਆਈ ਮੀਨ ਇਹ ਸਾਇਕ ਡਾਇਰੈਕਟ ਨਾ ਹੋ ਜਾ ਕਿ ਗੁਰੂ ਤੇਗ ਬਹਾਦਰ ਜਿਹਦਾ ਨਾਮ ਹੀ ਤੇਗ ਬਹਾਦਰ ਹੈ ਹੀ ਇਜ਼ ਅ ਪਾਵਰ ਐਕਸੀਡੈਂਟ ਸਟ੍ਰੋਮਨ ਆਫ ਇਸ ਟਾਈਮ ਔਰ ਉਹ ਉੱਥੇ ਬੈਠ ਕੇ ਸ਼ਾਂਤ ਮਈ ਤਰੀਕੇ ਨਾਲ ਪ੍ਰੋਟੈਸਟ ਕਰਕੇ ਆਪਣਾ ਸਿਰ ਕਟਵਾ ਲੈਂਦਾ ਐ ਐਂਡ ਇਟ ਡਸਨਟ ਐਡਸੋਰਟ ਟੂ ਸੋਲਡ ਸੋ that is the sense of peaceful resistance ਐਂਡ ਇਸ ਸੇਮ ਚੀਜ਼ ਸਾਨੂੰ ਅਜੇ ਇਸ ਅੰਦੋਲਨ ਵਿੱਚ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਸਾਡੇ ਸਿੱਖ ਨੌਜਵਾਨ ਸਾਡੇ ਸਿੱਖ ਬਜ਼ੁਰਗ ਜਿਨ੍ਹਾਂ ਦੇ ਕੋਲ ਹੱਥ ਵਿੱਚ ਪਾਵੇ लाठी ਹੋਏ ਹਥਿਆਰ ਹੋਏ ਕਿਸੇ ਨੇ ਕਿਸੇ ਨੇ ਲਾਠੀ ਨਹੀਂ ਚੁੱਕੀ ਉਹਨਾਂ ਦੀ ਲਾਠੀਆਂ ਵਿੱਚ ਵਾਧੂ ਦਮ ਹੈਗਾ ਪਰ ਉਹਨਾਂ ਨੇ ਫੋਰਸ ਨਹੀਂ ਯੂਜ਼ ਕੀਤੀ ਇਹ ਚੀਜ਼ ਹੈ ਨਾ ਇਹ ਇਹਨੂੰ ਇਫ ਯੂ ਗੋ ਬੈਕ ਸੀ ਐਫ ਐਂਡਰਿਊਸ ਜੀ ਇਹ ਉਹਦੇ ਪਾਦਰੀ ਜੀ 1922 2022 ਯੈਸ ਉਦੋਂ ਵੀ ਉਹਨੇ ਲਿਖਿਆ ਕਿ ਜਿਹਨਾਂ ਨੇ ਮਾਰ ਖਾਧੀ लाਠੀ ਖਾਧੀ ਜੀ ਲੇਕਿਨ ਗਿਰਤੇ ਫੇਰ ਉੱਠ ਕੇ ਖੜੇ ਹੋਏ ਜੀ ਇਹ ਹੈਗੀ ਉਹਦੀ ਬੁੱਕ ਹੈਗੀ ਲੈਟਰਸ ਆਫ ਸੀ ਐਫ ਐਂਡਰਿਊਸ ਜੀ ਉਹਦੀ ਹੈ ਜੀ ਸੋ ਇਹ ਜਿਹੜੀ ਚੀਜ਼ ਹੈ ਇਹ ਬਹੁਤ ਜਿਨ ਕਹਿੰਦੇ ਤੇ ਸਮਥਿੰਗ ਵਿਚ ਹੈਜ਼ ਗੌਨ ਇਨ ਟੂ ਯੋਰ ਸਾਈਕੀ ਹਾਂਜੀ ਐਂਡ ਇਟ ਹੈਸ ਟੇਕਨ 200 ইয়ার্স ਟੂ ਡਿਵੈਲਪ ਇਟ আচ্ছা ਜੀ ਕਿਉਂਕਿ ਜੋ ਗੁਰੂ ਨਾਨਕ ਨੇ ਕੀਤਾ ਹਾਂਜੀ ਉਹ ਸਬਸਿਕਵੈਂਟਲੀ ਹੌਲੀ ਹੌਲੀ ਤੁਹਾਡੇ ਕੈਰੇਕਟਰ ਚ ਆਇਆ ਜੀ ਇਹ ਜਿਹੜੀ ਚੀਜ਼ ਹੈ ਨਾ ਸਭ ਤੋਂ ਪਹਿਲੀ ਚੀਜ਼ ਜਿਹੜੀ ਸੀ ਉਹ ਸੀ ਮਰਨ ਤੋਂ ਜਿਹੜਾ ਡਰਦਾ ਸੀ ਨਾ ਉਸ ਨੂੰ ਦੂਰ ਕੀਤਾ ਹੂੰ ਉਹ ਲੋਕ ਸੀ ਪੱਜਵੇ ਮਹਾਰਾਜ ਨੇ ਫਿਰ ਕਿਹਾ ਨਿਰਭਉ ਸੰਗਤ ਤੁਹਾਰੇ ਵਸਤਾ ਇਹ ਡਰਨ ਕਹਾਂ ਤੇ ਆਇਆ ਜੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡਾ ਕੈਰੇਕਟਰ ਬਣਾਉਂਦੀਆਂ ਹੈ ਜੀ ਹੁਣ ਆ ਗਿਆ ਜ਼ਿੰਮੇਵਾਰੀ ਦਾ ਜੋ ਅੱਜ ਚਲ ਰਿਹਾ ਹੈ ਜੀ ਜ਼ਿੰਮੇਵਾਰੀ ਹੈਜ਼ ਬੀਨ ਫਰੋਮ ਡੇ 1 ਇਨੈਗਲੈਕਟਿਡ professions अच्छा जी पहली गल पंजाब ਦੇ ਵਿੱਚ ਸੀਲਿੰਗ ਆਈ ਕਿਸੇ ਨੇ ਨਹੀਂ ਰੋਕਿਆ ਇਸ ਨੂੰ 30 acres ਕਰ ਦਿਓ 30 acres ਪਰ ਪਰਸਨ ਕਰਤੀ ਜਾਂ 30 acres ਪਰ ਫੈਮਿਲੀ ਕਰਤੀ ਫਿਰ 18 acres ਕਰਤੀ ਨਾ ਵਟ ਐਬਾਊਟ ਦ ਨੈਕਸਟ ਜੇਨਰੇਸ਼ਨ ਇਕਵੈਸਟੀ ਚੀਜ਼ ਤਾਂ ਹੈ ਨਹੀਂ ਸ਼ੇਅਰ ਤਾਂ ਹੈ ਨਹੀਂ ਵੀ ਤੁਸੀਂ ਮਾਰਕੀਟ ਫਲੋਟ ਕਰਕੇ ਕਰਨਾ ਐਂਡ ਗੋਡ ਹੈਜ਼ ਸਟਾਪ ਪ੍ਰੋਡਿਊਸਿੰਗ 애니ਮੋਰ ਫਰਦਰ ਲੈਂਡ ਇਟ ਇਜ਼ ਫਾਈਨਾਈਟ ਐਬਸੋਲੂਟਲੀ ਬਟ ਸਰ ਇਹ ਦੇ ਅੱਛਾ ਦੇਖੋ ਨਾ ਉਹਦੇ ਨਾਲ ਕੀ ਹੋਇਆ ਫ੍ਰੈਗਮੈਂਟੇਸ਼ਨ ਹੋ ਗਈ ਜੀ ਉਹ ਫ੍ਰੈਗਮੈਂਟੇਸ਼ਨ ਨੂੰ ਬਿਜ਼ਨਸਮੈਨ ਦੇ ਤਾਂ ਜਿਹੜਾ ਹੈਗਾ ਸ਼ੇਅਰ ਵੱਜ ਜਾਂਦੇ ਫਰਕ ਜਾਂਦੇ ਉਹਨੂੰ ਫਰਕ ਨਹੀਂ ਪੈਂਦਾ ਯਾ ਅਡਾਨੀ ਕੈਨ ਡੂ ਐਨੀਥਿੰਗ ਟਾਟਾ ਕੈਨ ਡੂ ਐਨੀਥਿੰਗ ਪਰ ਵਾਟ ਅਬਾਊਟ ਦੀ ਫਾਰਮਰ ਐਂਡ ਦੈਨ ਦੇ ਸੇ ਕਿ ਫਾਰਮਿੰਗ ਚ ਕੀ ਫਿਊਚਰ ਨਹੀਂ ਹੈ ਕਿ ਅਗਲੀ ਪੀੜ੍ਹੀ ਨੇ ਤਾਂ ਕਿਸਾਨ ਬੰਨਣਾ ਹੀ ਨਹੀਂ ਹੈ ਕਿ ਇਹਨਾਂ ਨੂੰ ਕੀ ਲੋੜ ਜ਼ਮੀਨ ਦੀ नहीं नहीं जान के प्रोवाइड अस विद अल्टरनेटिव जी अल्टरनेटिव जो अल्टरनेटिव कहते हैं अल्टरनेटिव भी तक तो कोई क्रिएट नहीं ना किया है वो वजह एक ए भी है कि जो तो भी कित रेवोल्यूशन हुई है ए किसान ने की देर अच्छा फुट मस्ट बी करेक्ट जी नाउ गिव मी वन रीजन कि दिस सिस्टम जड़ा है हम इस वे जी सरकार ने बिल पास किए It has been on for the last 60, 70 years. Mm. What was the urgency to introduce it at a time when the entire uh, country was uh, locked down with this uh, COVID 19? I believe it was Churchill that said, Never waste a good crisis. That, 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 that shows their intent. Mm. And what is the need of ordinance? ਵੈਨ ਦੀ ਪਾਰਲੀਮੈਂਟ ਇਸ ਸਿਟਿੰਗ ਹਮ ਆਰਡੀਨੈਂਸ ਬਣਾ ਕੇ ਤੁਸੀਂ ਉਹਨੂੰ ਇੰਪਲੀਮੈਂਟ ਕਰ ਦਿੱਤਾ ਵਿਦਆਊਟ ਕੰਸਲਟਿੰਗ ਦੋਸ ਹੂ ਆਰ ਅਫੈਕਟਿਡ ਹਮ ਨਾਟ ਓਨਲੀ ਦੋਸ ਹੂ ਆਰ ਅਫੈਕਟਿਡ ਇਵਨ ਦੀ ਅਦਰ ਪਾਰਟੀਆਂ ਹਮ ਹੂ ਆਰ ਨਾਟ ਅਫੈਕਟਿਡ ਉਹਨਾਂ ਨੂੰ ਵੀ ਉਹਨਾਂ ਨੇ ਪੁੱਛਿਆ ਕੀਤਾ ਥੈਟ ਸ਼ੋਸ ਥੇਰ ਸਮਥਿੰਗ ਅਲਟੀਰੀਅਰ ਇਨ ਦਿਸ ਜੀ that, Ji. that Ji. is that is more uh, what you call uh uh, 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 something which uh, creates uh, doubt in your mind out of their contention. Gee. Now, 11,000 crore has been uh, deducted from uh, uh, agriculture. Gee, the budget. Budget. Gee. When you go to buy a pen, Han, you don't argue the price. is the price of the producer. Gee. Not the buyer. But for wheat or any other product, it's the price of the buyer. Interesting. G. So, I represented Punjab Cooperative Department in Agriculture Refinance Corporation for about three years. Okay. So at that time, in this area, in three states, Punjab, Haryana, Himachal. We have three agricultural universities, mm -hmm. three agricultural departments. Let them uh, work out the cost of production mm -hmm. and you settle the profit to it. Mm -hmm.

फिर वो दैट इज व्हाट यू सेड कैसे तो सुधार किसी को पैसा नहीं मिलेगा बिकॉज़ दे ऑल न्यू मतलब घूम फिर के गाल उठते आ जाती हाँ, 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 है ना कि इट्स इट्स नॉट अबाउट द लाइवलीहुडो किसाना के बारे या एग्रीकल्चर इंडस्ट्री के नहीं इट्स प्योरली अबाउट प्रॉफिट इट्स अ प्रॉफिट ड्रिवन यू विल ਜੀ ਠੀਕ ਕਬੇ ਦਿਖਰਾਏ ਸਰ ਇੱਕ ਹੋਰ ਇੱਥੇ ਜੋ ਨੈਰੇਟਿਵ ਸਾਨੂੰ ਵੇਖਣ ਨੂੰ ਮਿਲ ਰਿਹਾ ਯੂ نو ਬੀਇੰਗ ਔਨ ਦਾ ਗਰਾਉਂਡ ਸਟਰੀਜ਼ ਨੂੰ ਰਿਪੋਰਟ ਕਰਦੇ ਹੋਏ ਐਂਡ ਆਲਸੋ ਸੀਇੰਗ ਦਾ ਰਿਪੋਰਟਿੰਗ ਕਮਿੰਗ ਫਰਮ ਦਾ ਅਦਰ ਸਾਈਡ ਅਮ ਜੋ ਸ਼ਾਇਦ ਆਪਾ ਕਹਿ ਸਕਦੇ ਆ ਮਿਸ ਰਿਪਰੈਜ਼ੈਂਟ ਕਰ ਰਹੀ ਹੈ ਕਾਫੀ ਚੀਜ਼ਾਂ ਨੂੰ ਉਹਦੇ ਵਿੱਚ ਕੁਝ ਇਹੋ ਜੀ ਫੌਲਟ ਲਾਈਨਸ ਕ੍ਰੀਏਟ ਕੀਤੀਆਂ ਜਾ ਰਹੀਆਂ ਜੋ ਆਈ ਵੁੱਡ ਸੇ देयर ਐਸ 올ਡ ਐਸ ਟਾਈਮ ਇਟਸੈਲਫ ਵਿਚ ਇਜ਼ ਅ ਡਿਵਾਈਡਿੰਗ ਪੀਪਲ ਅਲੋਂਗ ਰਿਲੀਜੀਅਨ ਧਰਮ ਨੂੰ ਲੈ ਕੇ ਲੋਕਾਂ ਨੂੰ ਵੰਡਣਾ ਹੈ ਨਾ ਇਹ ਚੀਜ਼ ਸ਼ੁਰੂ ਤੋਂ ਹੋ ਰਹੀ ਹੈ ਤੇ ਅੱਜ ਵੀ ਸਾਨੂੰ ਮੋਰਚੇ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ ਬਟ ਜਿੱਥੇ ਹਿੰਦੂ ਸਿੱਖ ਮੁਸਲਮਾਨ ਦੀ ਇਕਤਾ ਦੀ ਗੱਲ ਆਉਂਦੀ ਹੈ ਮੈਂ ਆਪਣੀ ਅੱਖੋਂ ਵੇਖਿਆ ਕਿ ਕਿਸ ਤਰ੍ਹਾਂ ਦੀ ਇਕਤਾ ਗਰਾਉਂਡ ਤੇ ਰੈਪਰੈਜ਼ੈਂਟਡ ਹੈ ਹਰਿਆਣਵੀ ਹਿੰਦੂ ਵੀ ਉੱਥੇ ਮੋਰਚੇ ਵਿੱਚ ਸ਼ਾਮਿਲ ਹੈ ਪੰਜਾਬ ਤੋਂ ਸਿੱਖ ਵੀ ਸ਼ਾਮਿਲ ਮਿਲਿਆ ਯੂਪੀ ਤੋਂ ਆਏ ਮੁਸਲਮਾਨ ਕਿਸਾਨ ਵੀ ਉੱਥੇ ਪਹੁੰਚੇ ਹੋਏ ਐ ਤੇ ਯੂ نو ਜੋ ਸਾਡਾ ਸਿੱਖ ਇਹ ਧਰਮ ਹੈਗਾ ਇਹ ਵੀ ਇਨ ਦੋਨਾਂ ਤੋਂ ਹੀ ਉੱਠਿਆ ਤੇ ਇਸ ਏਕਤਾ ਬਾਰੇ ਇਸ ਮੋਰਚੇ ਦੇ ਵਿੱਚ ਤੁਸੀਂ ਸਾਨੂੰ ਕੀ ਦੱਸ ਸਕਦੇ ਹੋ ਦੇਖੋ ਇਹ ਮੋਰਚਾ ਜਿਹੜਾ ਹੈਗਾ ਇਟ ਇਜ਼ ਨਾਨ ਰਿਲੀਜੀਅਸ ਇਟ ਇਜ਼ ਇਕਨੋਮਿਕ ਇਟਸ ਨਾਨ ਪੋਲਿਟੀਕਲ ਨਾਨ ਕਮਿਊਨਲ ਇਟ ਇਜ਼ ਬੇਸਿਕਲੀ ਸਰਵਾਈਵਲ ਆਫ ਅ ਪ੍ਰੋਫੈਸ਼ਨ ਜੀ ਉਹਦੇ ਵਿੱਚ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਜ਼ਿੰਮੇਦਾਰ ਹੈ ਲੈਕਟ ਫੁੱਟ ਮੈਂ ਫੁੱਟ ਇਟ ਦਿਸ ਜਿਹੜਾ ਜ਼ਿੰਮੇਦਾਰ ਹੈ ਉਹ ਹੈ ਜੱਟ ਸਿੱਖ ਲੈਟ ਲੈਟ ਮੀ ਰਿਫਾਈਨ ਜੀ ਜਿਹੜਾ ਆੜਤੀ ਹੈ ਬੇਸ ਨੂੰ ਖਾਣਾ ਉਹ ਹੈ ਹਿੰਦੂ ਜੀ ਤੇ ਜਿਹੜਾ ਮਜ਼ਦੂਰ ਹੈ ਉਹਦੇ ਵਿੱਚ ਹਰੀਜਨ ਵੀ ਹੈ ਬਸੂਮਾਨ ਵੀ ਹੈ ਸਾਰਾ ਸੋ ਦੇ ਫਾਰਮ ਇੱਕ ਕਾਰਪੋਰੇਟ ਕੰਪਨੀ ਫਾਰ ਐਗਰੀਕਲਚਰ ਇੰਡਸਟਰੀ ਜੀ

ਅਗਰੇਟਿਵ ਵਿੱਚ ਕੋਈ ਕਮੀ ਹੈ ਉਸ ਨੂੰ ਇੰਪਰੂਵ ਕਰੋ ਰਾਦਰ ਥੈਨ ਡਿਮੋਲਿਸ਼ ਇਟ ਨਿਵਾਰਿਸ਼ ਦੀ ਵੈਰੀ ਫਾਈਬਰਿਕ ਬਟ ਉਹਦੇ ਵਿੱਚ ਕੋਈ ਪੋਜ਼ਿਟਿਵ ਚੀਜ਼ਾਂ ਬਹੁਤ ਹੋਈਆਂ ਨੇ ਹਾਂਜੀ ਉਹ ਇਹ ਹੈ ਕਿ ਹੁਣ ਉੱਥੇ ਕੋਈ ਸਾਈਜ਼ੇਬਲ ਨੰਬਰ ਜਿਹੜੀ ਉੱਥੇ ਹੈ ਵੀ ਆਰ ਨਾਨ ਫਾਰਮਰਸ ਹਾਂਜੀ ਹਾਂਜੀ ਔਰ ਉਹਦੇ ਵਿੱਚ ਹੋਰ ਇੱਕ ਬਹੁਤ ਇੰਟਰਸਟਿੰਗ ਇੰਸੀਦਾਸਾ ਗੁਰਦਾਸਪੁਰ ਦੀ ਜੀ ਉੱਥੇ ਇੱਕ ਜ਼ਮੀਨ ਨਾਲ ਨਾਲ ਹੈ ਅਕਾਲੀ ਤੇ ਕਾਂਗਰਸ ਵਾਲੇ ਅੱਛਾ ਜੀ ਜਿਹੜੇ ਆਪਸ ਵਿੱਚ ਵਿੱਚ ਆ ਮੈਨ ਯਾ ਵੀ ਉਹ ਜਾਨੀ ਦੁਸ਼ਮਣ ਵੀ ਹੋ ਜਾਂਦੇ ਨੇ ਹੋਰ ਉਹਦੇ ਵਿੱਚ ਜਿਹੜਾ ਕਾਂਗਰਸੀ ਹੈ ਉਹ ਇੱਥੇ ਹਜਿਟੇਸ਼ਨ ਚ ਗਿਆ ਹੋਇਆ ਜੀ ਔਰ ਜਿਹੜਾ ਅਕਾਲੀ ਹੈ ਉਹਦੀ ਫਾਰਮ ਨੂੰ ਉਹ ਲੋਕ ਆਫਟਰ ਕਰ ਰਿਹਾ ਵਾਹ ਹਾਂ ਜੀ ਇਹ ਗੁਰਦਾਸਪੁਰ ਚ ਹੈ ਅੱਛਾ ਜੀ ਜੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਉਹਦਾ ਥੋੜਾ ਜਿਹਾ ਪੋਜ਼ਿਟਿਵ ਵੀ ਹੈ ਜੀ ਇਹ ਜਿਹੜਾ ਇਕੱਠਾ ਹੋ ਗਿਆ ਜੀ ਇਹ ਹੁਣ ਇਸ ਨੂੰ ਤੁਸੀਂ ਡਿਮੋਲਿਸ਼ ਕਰਕੇ ਔਰ ਇਹਦੇ ਨਾਲ ਜਿਹੜੀ ਇੱਕ ਦੂਸਰਾ ਹਿੱਸਾ ਹੈਗਾ ਕਿ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਹਮ ਇਟਸ ਨਾਟ ਅ ਸੈਂਟਰ ਸਬਜੈਕਟ ਸੈਂਟਰ ਦਾ ਹੈ ਹੀ ਨਹੀਂ ਐਗਰੀਕਲਚਰ ਜਿੰਨੇ ਉਹਦੇ 70 ਹੈਗੇ ਨੇ ਉਹ ਇਹ ਉਹ ਜਿਹੜੇ ਟੀ ਕਾਲਡ ਔਨ ਵਿਚ ਆਨ the kannada state. agriculture is not there. Hmm. they are heading, the center government is heading towards a unitary form of government. Ji. to be controlled by rss. Ji. it is going to, uh, they are heading for a elected dictatorship. do you think k is uh, more chidam hagarous, she for both of us, it's a question of survival. ਇਹ ਜਿਹੜੀ ਹੈ ਅਗਰੇ ਡਿਫਿਊਸ ਨਾ ਕੀਤਾ ਤੇ वेरी ਸਿੰਪਲ ਯੂ देयर'ਸ 하ਰਡਲੀ ਐਨੀ ਐਗਰੀਕਲਚਰ ਐਕਸਪਰਟ ਹੂ ਹੈਜ਼ ਗਿਵਨ ਐਨ ਓਪੀਨੀਅਨ ਇਨ ਫੇਵਰ ਆਫ ਥਿਸ ਲਾ ਨੇਮ ਐਨੀ ਵਨ ਇਹਦਾ ਨਹੀਂ ਆਪ کہہ ਇਵਨ ਸ਼ੁੱਡ ਇੱਕ ਜਿਹੜਾ ਮੈਂ ਕਹਿੰਦਾ ਹਾਂਗਾ ਕਿ ਜਿਹੜੇ ਪੋਲੀਟੀਸ਼ੀਅਨ ਆਪਣੇ ਬਣਾਉਂਦੇ ਨੇ ਇਲੈਕਸ਼ਨ ਮੈਨੀਫੈਸਟੋ देयर शुड बी ਸਮ ਕਮਿਟਮੈਂਟ ਦਿਸਟ੍ਰਿਕਟ ਟੂ ਇਟ ਏਬਸੋਲੂਟਲੀ ਨਾ ਇਨਨ ਸਟਿੱਕ ਕੀਤਾ ਕਿ ਵੀ ਵਿਲ ਇਮਪਲੀਮੈਂਟ ਸਿ ਸੁਬਰਾਮਨੀਅਨ ਸਵਾਮੀ ਹਾਂਜੀ ਬਾਕੀ ਹੈਵ ਕਮ ਬੈਕ ਉਸ ਦੇ ਉੱਪਰ ਅਸੀਂ ਲੋਕਾਂ ਨੂੰ ਵੋਟ ਪਾ ਕੇ ਠੀਕ ਹੈ ਸੁਬਰਾਮਨੀਅਨ ਸਵਾਮੀ ਕਹਿੰਦਾ ਹੈ ਕਿ ਕਾਸਟ ਆਫ ፕሮਡਕਸ਼ਨ ਪਰ 50% ਪ੍ਰੋਫਿਟ ਇਟ ਇਟ ਮੋਸਟ ਵੈਲਕਮ ਉਹ ਐਕਸਪਰਟ ਹੈ ਹੀ ਇਸ ਇਜ਼ ਨਾਟ ਓਨਲੀ ਇੰਡੀਅਨ ਐਕਸਪਰਟ ਹੀ ਇਜ਼ ਇੰਟਰਨੈਸ਼ਨਲੀ ਨੋਨ ਜੀ ਜੀ ਵੈਲ ਰੈਕਨਾਈਜ਼ਡ ਆਪ ਨਾ ਟੂ ਕਟਲ ਆਪ ਹੈਵ ਗੋਨ ਬੈਕ ਨਾ ਵਾਟ ਇਜ਼ ਦੀ ਕਮਿਟਮੈਂਟ ਆਫ ਪੋਲਿਟিক্যাল ਪਾਰਟੀ ਵੈਨ ਯੂ ਗੋ ਬੈਕ ਫਰੋਮ ਯੋਰ ਇਲੈਕਸ਼ਨ ਮੈਨੀਫੈਸਟੋ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਹੁਣ ਕਹਿੰਦੇ ਨੇ ਜੀ ਅੱਜ ਦੇ ਖਬਰਾਂ ਚ ਹੈ ਦੀ ਐਗਰੀਕਲਚਰ ਮਿਨਿਸਟਰ ਇਜ਼ ਓਨਲੀ ਅ ਫੋਨ ਕਾਲ ਅਵੇ 10 ਵਾਰੀ ਤੁਹਾਨੂੰ ਮਿਲਿਆ ਹੈ ਨਹੀਂ ਮੈਂ ਫੋਨ ਕਾਲ ਕਰ ਵੀ ਕਿੱਦਾਂ ਸਕਦਾ ਉਹਨਾਂ ਦੇ ਫੋਨ ਲਾਈਨਸ ਹੀ ਕੱਟ ਹੋਈਆਂ ਹੋ ਜਾਂ ਬੋਡ ਲਾਈਨ ਹੀ ਕੱਟੀਆਂ ਨਿਕੰਨ ਨਾ ਫੋਨ ਨਾ ਕਰ ਲੈ ਨਹੀਂ 10 ਵਾਰੀ ਤਾਂ ਤੁਸੀਂ ਹੋਇਆ ਹੈ ਜੀ ਜੀ ਇਨ ਪਰਸਨ ਮੀਟਿੰਗਸ ਕੀਤੀਆਂ ਤੇ ਹੁਣ ਫੋਨ ਕਾਲ ਦਾ ਕੀ ਜੀ ਅੱਗੇ ਮਿਲ ਕੇ ਕਰਦੇ ਆ ਮਿਲ ਕੇ ਕਰਦੇ ਆ ਹੁਣ ਹਾਊ ਵਾਟ ਇਜ਼ ਹੀ نو ਵਾਟ ਡਸ ਹੀ ਨੋ ਓਵਰ ਅਬਾਊਟ ਕ੍ਰੈਕਟ ਕਲਚਰ ਜੀ ਉਹਨੂੰ ਤਾਂ ਜੋ ਪਿੱਛੋਂ ਆਵਾਜ਼ ਮਾਰਨੀ ਹੈ ਜਿਹੜੀ ਡੂਓ ਬੈਠੀ ਜਸਤੇ ਉਸ ਸਰ ਤੁਸੀਂ ਇੱਕ ਆਰਗੇਨਾਈਜ਼ ਆਰਗੇਨਾਈジング ਦੀ ਗੱਲ ਕੀਤੀ ਹੈ ਐਂਡ ਯੂ نو ਥੇ ਮੇਕ ਹੋਰ ਥੋੜੀ ਆ ਵਾਂਟ ਟੂ ਗਿਵ ਵਾਂਸ ਅਗੇਨ ਕੰਟੈਕਸਟ ਰਾਈਟ ਉਮ ਕਿ ਕਿ ਇਤਿਹਾਸ ਸਾਨੂੰ ਦੱਸਦਾ ਹੈ ਤੇ ਕਿੱਥੇ ਆਪਾਂ ਅੱਜ ਖੜੇ ਆ ਕਿ ਆਪਾਂ ਸਿੱਖ ਸਕਦੇ ਆ ਰਾਈਟ ਇਤਿਹਾਸ ਤੋਂ ਉਮ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਕਿਸਾਨ ਇੱਕ ਇੰਡੀਵਿਜੂਅਲ ਤੌਰ ਤੇ ਰਿਹਾ ਹੈ ਤੇ ਅੱਜ ਕਿਸਾਨ ਇੱਕ ਆਰਗੇਨਾਈਜ਼ਡ ਯੂਨਾਈਟਿਡ ਫਰੰਟ ਪੁਟ ਫੋਰਵਰਡ ਕਰੇ ਇਹਦੇ ਬਾਰੇ ਹੋਰ ਦੱਸੋ ਸਾਨੂੰ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀ ਸੀ ਨਾ ਸਰਵਾਈਵਲ ਉਹ ਹੋਰ ਤਰ੍ਹਾਂ ਦੀ ਸੀ ਇੰਡੀਵਿਜੂਅਲਿਸਟਿਕ ਸੀ ਹਮ ਮੈਂ ਬਸ ਗਾਂ ਤੇ ਬਸ ਠੀਕ ਹੈ ਕਿ 올 दैट ਥਿੰਗ ਇਜ਼ ਨਾਉ ਚੇਂਜਿੰਗ ਇਟ ਹੈਸ ਡੇ ਬਿਕਾਉਜ਼ ਬਾਉਂਡਰੀਜ਼ ਪੋਲੀਟੀਕਲ ਬਾਉਂਡਰੀਜ਼ ਜੀਓਗ੍ਰਾਫੀ ਜੋ ਬਰੇਕੇ ਬਾਈਂਡਿੰਗ ਬਾਉਂਡਰੀਜ਼ ਆਰ ਇਰੈਲੇਵੈਂਟ ਟੂਡੇ ਜੀ ਬਿਲਕੁਲ ਹੁਣ ਤੇ ਇਟਸ ਗਲੋਬਲ ਸਾਰਟ ਆਫ ਥਿੰਗ ਹੁਣ ਇਹਦੇ ਵਿੱਚ ਅਗਰ ਅਸੀਂ ਇਕੱਠੇ ਨਹੀਂ ਹੁੰਦੇ denn we can't survive Absolutely. not only agriculture but every not only jimidar hmm. but everybody else connected with it hmm. we have to get together Mm -hmm. to get over this crisis and win mm -hmm. the sir, speaking directly to our viewers, josanu, u.s., canada, abroad, which we can uk, australia, um, you know, this concept, kaskaki u.s. popular 99% versus 1%, especially in the last election cycle, folks like bernie sanders, a coffee popular senator, ਤੇ ਹੱਕ ਦੀ ਲੜਾਈ ਆਂਦੀ ਐ ਇਟਸ ਦਾ 99% ਆਫ ਦਾ ਪੋਪੂਲੇਸ਼ਨ ਵਰਸਸ ਦਾ 1% ਇਨ ਕੰਟਰੋਲ ਤੁਹਾਨੂੰ ਲੱਗਦਾ ਕਿ ਇੱਥੇ ਵੀ ਇਹੀ ਇਹੋ ਜਿਹਾ ਸਿਨੈਰੀਓ ਐਟ ਪਲੇਅਰ ਉਹ ਵੀ ਤਾਂ ਤੁਸੀਂ ਦੱਸੋ ਆ ਮੈਂ ਯੂ ਆਰ ਯੂ ਆਰ ਪੀਪਲ Who know more people than we do did you upper बैठे ਉਹਨਾਂ ਚ ਕਿੰਨੇ ਐਗਰੀਕਲਚਰਿਸਟ ਨੇ ਜੀ ਐਗਰੀਕਲਚਰਿਸਟ ਨੇ ਯਾ ਦੋਸ ਹੂ ਆ ਕਨੈਕਟਡ ਵਿਦ ਐਗਰੀਕਲਚਰ ਐਗਜੈਕਟ ਫਾਰ ਕਰੀਮਿੰਗ ਸਕਿਮਿੰਗ ਦੀ ਕਰੀਮ ਬਿਲਕੁਲ Agriculture on its own is not paying. Hmm. It's subsidized for right from 30% even up to 80 85%. Gee. Subsidized. Absolutely. Eisenhower said hey, agriculture looks great if you are sitting 1000 miles away and you have a pen in your head instead of a plow. Oh, absolutely. <laughs>

to their own to implement form and implement their own laws mm. according to their needs absolutely ایتھے اس کراپ ਹੋ ਰਹਾ ہے ہماچل دی کراپ ہو رہا ہے جی رانے دی کراپ ہو رہا ہے یو پی دی کراپ ہو رہا ہے او گنو کردو بھی سارا نکو جا کردو تے سਾਨੂੰ اپو اپنا کروندو جی او نو اسٹیٹ سبجیکٹ نو سینٹر لے جانا چاندی ہے جی ਪੰਜਾਬ ਦੀ ਜਿਹੜੀਆਂ ਦੋ ਕ੍ਰੋਪਸ ਨੇ ਜੀ 60 ਤੋਂ 70000 ਕਰੋੜ ਦਾ ਬਿਜ਼ਨਸ ਹੈ ਹੁਣ ਉਹਦੇ ਵਿੱਚ ਕਿਤੇ 2% ਟੈਕਸ ਹੈ ਕਿਤੇ 1% ਟੈਕਸ ਹੈ ਉਹਦੀ ਜਿਹੜੀ ਰਿਟਰਨ ਹੈ 댓 ਇਜ਼ 댓 ਪ੍ਰੋਵਾਈਡਸ ਜਿਹੜਾ ਆਵਰ ਫਾਈਨੈਂਸਸ ਬਿਲਕੁਲ ਸਰਕਮ ਬੰਦੀਆਂ ਸਭ ਕੁ ਡਿਵੈਲਪਮੈਂਟ ਹੁੰਦੀ ਹੈ ਉਹ ਸਾਰੀ ਬੰਦ ਹੋ ਗਈ ਹੁਣ ਉਹਨਾਂ ਨੇ ਦਿੱਲੀ ਵਾਲਿਆਂ ਨੇ ਜਿਹੜੀ ਸਾਡੀ

ਉਹਨਾਂ ਨੇ ਕਿਹਾ ਸੀ ਕੋ ਇਨ ਫੋਰ ਪ੍ਰੈਜ਼ੀਡੈਂਸ਼ੀਅਲ ਫਾਰ। ਹੀ ਸੈਡ نو ਇਟਸ ਗoing ਟੂ ਬੀ ਰਿਪਬਲਿਕਨ ਡੈਮੋਕ੍ਰੈਟਿਕ। ਜੀ। ਬਟ ਨਾਉ ਦੇ ਆਰ ਇਨ ਕੰਟਰੋਲ। ਜੀ। ਉਹਦੀ ਪ੍ਰੋਬਲਮ ਇਹ ਹੈ ਕਿ ਦੇ ਆਰ ਮੋਰ ਆਰਗੇਨਾਈਜ਼ਡ। ਯਾ। ਸ਼ੈਰੀ ਪੀਪਲ ਬਿਜ਼ਨਸਮੈਨ ਨੇ ਜ਼ਿਆਦਾ ਇਹ ਰਿਸੋਰਸ ਨੇ ਇਟ ਆ ਰੂਰਲਾਈਟ ਆਰ ਇੰਡੀਵਿਜੂਅਲਿਸਟਿਕ ਵਾਈਬ ਨੇਚਰ ਬਣ ਜਾਂਦਾ। ਜੀ। ਜੀ। ਉਹ ਆਰਗੇਨਾਈਜ਼ਡ ਨਹੀਂ ਹੈ। Uh, let's see uh, out of this there is a silver lining and jiv uh, become more organized ji kucha dino future batch uh, je hun te industrialize karke agriculture should be just a hobby sort of thing you cannot develop uh, agriculture at least in punjab ji we have reached the saturation point do do ekad taja reh gayi So, that is uh, i mean that, in, is, that is like distributing poverty yeah it's a very powerful statement i think um, certainly just that to see a new situation suddenly a perspective offer reforms deta har halat ch load hai ki kis tarah reforms the load of course oh tit gal hale bhi atki hui hai ashok singh bagaria ji thank you so much for your time and the insight just that pick last hi chod please uh,

<laughs> Ashok Singh Bagri what a wonderful last line. Once again, thank you, sir. And uh, look forward to speaking again soon. Thank you. ਇੱਕ ਬਾਰੀ ਫਿਰ ਜਿੱਥੇ ਸਾਡਾ ਇਤਿਹਾਸ ਸਾਨੂੰ ਕੀ ਕੁਝ ਸਿਖਾਉਂਦਾ ਹੈ ਉਹਦੀ ਗੱਲ ਹੋ ਰਹੀ ਹੈ ਤੇ ਹੁਣ ਮੇਰੇ ਨਾਲ ਜੁੜੇ ਹਨ ਪ੍ਰੋਫੈਸਰ ਗੁਰਦਸ਼ਨ ਸਿੰਘ ਢਿਲੋਂਜੀ ਸਿੱਖ ਸਕਾਲਰ ਐਕਸਪਰਟ ਨੋਟੇਬਲ ਵੌਇਸ ਐਂਡ ਸੋਰਸ ਫॉर ਸਿੱਖ ਹਿਸਟਰੀ ਸਭ ਤੋਂ ਪਹਿਲੇ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਸਵੀਕਾ ਸਸਵੀਕਾ ਜੀ ਵੈਸੇ ਤੁਸੀਂ ਮੇਰੀ ਜ਼ਰੂਰਤੋਂ ਜ਼ਿਆਦਾ ਤਾਰੀਫ ਕੀਤੀ ਹੈ i'm sure i'm not capable of that nahi nahi sir you're being modest jo sade viewers purane to sadhna jude han unna layi ta twaadi koi introduction di load bilkul nahi hai but sir twaada jo twaadi expertise waada gyaan jo knowledge tusi ajj sadhna share kar sakde ho khaas karke is mauche de vich oh ik kisam da ik ਪਰਸਪੈਕਟਿਵਿਕ ਕੰਟੈਕਸਟ ਪ੍ਰੋਵਾਈਡ ਕਰਦਾ ਹੈ ਨਾ ਕਿ ਜੋ ਇਸ ਮੋਰਚੇ ਨੂੰ ਵੇਖ ਰਿਹਾ ਕਿ ਇਹ ਇੱਕ ਆਈਸੋਲੇਟਿਡ ਅੱਜ ਦਾ ਸਿਰਫ ਅੱਜ ਦਾ ਹੀ ਇਨਸੀਡੈਂਟ ਹੈ ਜਾਂ ਇਨ ਐਗਰੀਕਲਚਰ ਜਾਂ ਫਾਰਮ ਬਿਲਜ਼ ਨੂੰ ਲੈ ਕੇ ਇਹ ਹੋ ਰਿਹਾ ਉਹਨਾਂ ਨੂੰ ਤੁਸੀਂ ਇੱਕ ਇਤਿਹਾਸਿਕ ਤੌਰ ਤੇ ਕੀ ਦੱਸਣਾ ਚਾਹੋਗੇ ਖਾਸ ਕਰਕੇ ਜਿੱਥੇ ਸਿੱਖ ਕਮਿਊਨਿਟੀ ਦਾ ਇਤਿਹਾਸ ਹੈ ਉਹ ਇਸ ਚੀਜ਼ ਉਹਨਾਂ ਲਈ ਇਹ ਚੀਜ਼ ਕੋਈ ਨਵੀਂ ਚੀਜ਼ ਨਹੀਂ ਹੈ ਰਾਈਟ ਸਰ ਐਬਸੋਲੂਟਲੀ ਯੂ ਆਰ ਰਾਈਟ ਦੇਖੋ ਮੇਰੇ ਸਮਝ ਦੇ ਮੁਤਾਬਕ ਇੱਕ ਰੈਵੋਲੂਸ਼ਨ ਗੁਰੂ ਨਾਨਕ ਦੇ ਪੁਆਇੰਟ ਆਫ View ਤੋਂ ਉਸ ਦੀ ਆਈਡੀਓਲੋਜੀ ਤੇ ਆਧਾਰਿਤ ਹੈ ਜੀ ਦੁਨੀਆ ਦੇ ਜਿੰਨੇ ਵੀ ਰੈਵੋਲੂਸ਼ਨ ਹੋਏ ਹੈ ਚਾਹੇ ਫ੍ਰੈਂਚ ਰੈਵੋਲੂਸ਼ਨ ਹੋਇਆ ਚਾਹੇ ਰੂਸੀਨ ਰੈਵੋਲੂਸ਼ਨ ਹੋਇਆ ਚਾਹੇ ਅਮਰੀਕਨ ਰੈਵੋਲੂਸ਼ਨ ਹੋਇਆ ਜਾਂ ਹੋਰ ਰੈਵੋਲੂਸ਼ਨ ਚਾਈਨਾ ਦਾ ਹੋਇਆ ਦੇ ਵਰ 올 ਬਲੱਡੀ ਰੈਵੋਲੂਸ਼ਨਸ ਹੂੰ ਦੀ ਓਨਲੀ ਬਲੱਡਲੈਸ ਰੈਵੋਲੂਸ਼ਨ ਦੈਟ ਵਾਸ ਕਨਸੀਵਡ ਐਂਡ ਪ੍ਰੋਪਗੇਟਿਡ ਬਾਈ ਗੁਰੂ ਨਾਨਕ ਦੇ ਮਹਾਰਾਜ ਬਿਕੋਜ਼ ਉਹਨਾਂ ਦਾ ਜਿਹੜਾ ਹੈ ਪੁਆਇੰਟ ਆਫ View ਹੈ ਸਿੱਖੀਸਮ ਦੇ ਉੱਤੇ ਉਹ ਲਵ ਹੈ ਹੂੰ ਤੋ ਲਵ ਨੂੰ ਲੈ ਕੇ ਉਹਨਾਂ ਨੇ ਸਾਰਾ ਆਪਣਾ ਜੋ ਹੈ ਆਈਡੀਓਲੋਜੀ ਦਾ ਬੇਸ ਆ ਉਹਨਾਂ ਦਾ ਪਿਆਰ ਜੇ ਤੋ ਪ੍ਰੇਮ ਕਿਹਨ ਦਾ ਚੋ ਸਿਰ ਤਰ ਤਲੀ ਗਲੀ ਮਰੀਓ ਇਤਮਾਰਕ ਪੈ ਤਰੀਜੇ ਸਿਰ ਦੀ ਜੇ ਕਹਾਣਾ ਕੀ ਚ ਜੀ ਜੀ ਤੋ ਦਿਸ ਇਜ਼ ਹਿਸ ਪੁਆਇੰਟ ਆਫ View ਫਰੋਮ that point of view ਉਹਨਾਂ ਨੇ ਕਿਹਾ ਵੀ ਦੁਨੀਆ ਦੇ ਵਿੱਚ ਇਫ there has to be something professionally from the occupation point of view ਆਪਣੇ ਖਾਣ ਪੀਣ ਤੇ ਰਹਿਣ ਦੇ ਜਿਹੜਾ ਮਤਲਬ ਜੋ ਵੀ ਉਹਦੀ ਸਾਰਾ ਸੰਕਲਪ ਹੈ ਉਹ ਸਿਰਫ ਖੇਤੀ ਚੋਂ ਨਿਕਲਦਾ ਹੋਰ ਜਿੰਨੇ ਵੀ ਦੋ ਦੂਜੇ ਦੋ ਪ੍ਰੋਫੈਸ਼ਨਰ ਵੱਡੇ ਉਹਨਾਂ ਨੇ ਮਹਾਰਾਜ ਨੇ ਕਿਹਾ ਉਤਮ ਖੇਤੀ ਮਦ ਵਪਾਰ ਧਿਰਗ ਚਾਕਰੀ ਜੀ ਵੀ ਸਭ ਤੋਂ ਸੁਪੀਰੀਅਰ ਜੇ ਕੋਈ ਪ੍ਰੋਫੈਸ਼ਨ ਹੈ ਉਹ ਖੇਤੀ ਹੈ ਜੀ ਉਤਮ ਖੇਤੀ ਮਦ ਵਪਾਰ ਜਿਹੜੇ ਵਪਾਰ ਉਹ ਮਿਡਲ ਹੈ ਤੇ ਧਿਰਗ ਚਾਕਰੀ ਦੀ ਨੌਕਰੀ ਹੈ ਉਹ ਬਹੁਤ ਹੀ ਮਤਲਬ ਡਿਟੈਸਟੇਬਲ ਹੈਗੀ ਹੈ ਮਾੜੀ ਆ ਕਿਉਂਕਿ ਯੂ ਆਰ ਬੀਂਗ ਗਵਰਨਡ ਬਾਈ ਅਨਦਰ ਪਰਸਨ ਯੂ ਡੋਨਟ ਹੈਵ ਯੋਰ ਓਨ ਪੁਆਇੰਟ ਆਫ 뷰 ਜੀ ਤੋ ਜਿਹੜਾ ਉਹ ਆਦਮੀ ਆ ਉਹਦੇ ਆਪਣੇ ਸਵਾਰਥ ਹੈ ਜਿਹੜਾ ਤੁਹਾਨੂੰ ਇਮਪਲॉयਮੈਂਟ ਦੇ ਰਿਹਾ ਉਹਦੇ ਆਪਣੇ ਓਬਜੈਕਟਿਵ ਹੈਗੇ ਯੂ ਆਰ ਗਵਰਨਡ ਬਾਈ ਹਿਸ ਓਬਜੈਕਟਿਵ ਨਾਟ ਬਾਈ ਯੋਰ ਓਨ ਓਬਜੈਕਟਿਵਸ ਜੀ ਤੋ ਇਸੇ ਕਰਕੇ ਮਹਾਰਾਜ ਨੇ ਕਿਹਾ ਉਤਮ ਖੇਤੀ ਜਿਸ ਦੇ ਵਿੱਚ ਕਿਸੇ ਦਾ ਤੁਹਾਡੇ ਤੇ ਕੋਈ ਤੁਸੀਂ ਕਿਸੇ ਦੇ ਗੁਲਾਮ ਨਹੀਂ ਕਿਸੇ ਦੇ ਪੁਆਇੰਟ অফ 뷰 ਨੂੰ ਤੁਸੀਂ ਅਡਹੀਰ ਨਹੀਂ ਕਰਦੇ ਸਿਰਫ ਪਿਓਰਿਸਟ ਫਾਰਮ ਆਫ ਪ੍ਰੋਫੈਸ਼ਨ ਹੈ which is ਮਤਲਬ only answerable to the almighty god ਪਰਮਾਤਮਾ ਨੇ ਤੁਹਾਨੂੰ ਦਿੱਤਾ ਉਸ ਦੇ ਵਿੱਚ ਕੋਈ ਮਿਲਾਵਟ ਵੀ ਨਹੀਂ ਕੋਈ no adulteration at all ਜੀ ਬਿਲਕੁਲ ਪਿਓਰਲੀ ਤੁਸੀਂ ਆਪਣੇ ਬੀਜ ਬੀਜਦੇ ਹੋ ਮਿਹਨਤ ਕਰਦੇ ਹੋ ਖੂਨ ਪਸੀਨੇ ਦੀ ਕਮਾਈ ਉਸ ਤੋਂ ਬਾਅਦ ਤੁਸੀਂ ਜਿਹੜੀ ਪ੍ਰੋਡਕਟ ਹੁੰਦੇ ਆ ਭੁੱਖਿਆਂ ਦਾ ਪੇਟ ਭਰਦੇ ਆ ਜੀ ਦਾ ਹੰਗਰੀ ਪੀਪਲ ਬਿਲਕੁਲ the people who are suffering from hunger which is the worst kind of suffering in the जी, uh, जी, in the in the history of mankind ji to aj bhi dekho hunger da graph india da jehda bad gaya hm aur main thonu eh gal dassan such a tragic and terrible thing je midday meal ek scheme hai india di maybe you know ji ji ਉਸ ਦੇ ਵਿੱਚ ਕੀ ਆ ਜਿਹੜੇ ਬੱਚੇ ਸਕੂਲਾਂ ਚ ਜਾਂਦੇ ਆ ਹਾਂਜੀ ਉਹਨਾਂ ਬੱਚਿਆਂ ਨੂੰ ਮਿਡੇ ਲੰਚ ਮਤਲਬ ਲੰਚ ਦਿੱਤਾ ਜਾਂਦਾ ਹਾਂ ਜੀ ਜੀ ਉਹ ਉੱਥੇ ਸਕੂਲ ਚ ਹੀ ਪਕਾਇਆ ਜਾਂਦਾ ਸਕੂਲ ਚ ਉਹਨਾਂ ਨੂੰ ਖਵਾਇਆ ਜਾਂਦਾ ਜੀ ਕੁਝ ਏਰੀਆਜ਼ ਦੇ ਵਿੱਚ ਜਿੱਥੇ ਹੰਗਰ ਦਾ ਗ੍ਰਾਫ ਬਹੁਤ ਜ਼ਿਆਦਾ ਇਸ ਮੁਲਕ ਦੇ ਵਿੱਚ ਹੂੰ ਉਹਦੇ ਵਿੱਚ ਕੀ ਆ ਕਿ ਉਹ ਬੱਚਿਆਂ ਨੇ ਇੱਕ ਅਪੀਲ ਕੀਤੀ ਹੂੰ ਟੂ ਦੀ ਟੀਚਰਸ অর ਟੂ ਦੋਸ ਪੀਪਲ ਹੂ ਪ੍ਰੋਵਾਈਡ ਥੈਮ ਦੈਟ ਕਾਈਂਡ ਆਫ ਫੂਡ ਉਹ ਕਹਿਣ ਲੱਗੇ ਵੀ ਸਰ ਸਾਨੂੰ ਤੁਸੀਂ ਮੰਡੇ ਨੂੰ ਜਿਹੜਾ ਮਿੱਡੇ ਬੀਲ ਦਿੰਦੇ ਹੋ ਉਹ ਸਾਨੂੰ ਅਰਲੀ ਮਾਰਨਿੰਗ ਦੇ ਦਿਓ ਜਦੋਂ ਅਸੀਂ ਸਕੂਲ ਚ ਆਉਨੇ ਹ ਕਿਉਂ ਉਹ ਹਾਂ ਉਹੀ ਉਹ ਕਹਿਣ ਲੱਗੇ ਕਿਉਂ ਉਹ ਕਹਿੰਦੇ ਵੀ ਸੰਡੇ ਨੂੰ ਤਾਂ ਸਾਨੂੰ ਰੋਟੀ ਮਿਲਦੀ ਨਹੀਂ ਦਾ ਲਾਸਟ ਟਾਈਮ ਵੀ ਈਟ ਥੈਟ ਇਜ਼ ਵਿਦ ਯੂ ਔਨ ਸੈਟਰਡੇ ਔਨ ਦਾ ਵਰਕਿੰਗ ਡੇ ਉਸ ਵਰਕਿੰਗ ਡੇ ਤੋਂ ਅੱਗੇ ਆ ਜਾਂਦੀ ਹੈ ਛੁੱਟੀ ਸੰਡੇ ਦੀ ਸੰਡੇ ਨੂੰ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਫੂਡ ਮਿਲਦਾ ਨਹੀਂ ਤੋ ਇਸ ਕਰਕੇ ਟੂ ਮਚ ਆਫ ਹੰਗਰ ਇਨ ਥੈਮ दे आस्क ਵੀ ਜਦ ਲਈ ਤੇ ਜਲਦੀ ਰੋਟੀ ਮਿਲ ਜਵੇ ਪੇਟ ਭਰ ਜਵੇ ਐਂਡ ਥਿਸ ਇਜ਼ ਇਨ ਅ ਕੰਟਰੀ ਜੋ ਸਰਪਲਸ ਸਰਪਲਸ ਹੈਗੀ ਜੀ ਹਾਂ ਸਰਪਲਸ ਆ ਸਾਡੇ ਜਿਹੜੇ ਜਿੰਨੇ ਵੀ ਗੋਡਾਊਨਸ ਆ ਓਵਰਫਲੋਇੰਗ ਹੂੰ 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 ਉਹਨੂੰ ਰੈਟਸ ਹੋਰ ਦੂਸਰੀ ਇਸ ਕਿਸਮ ਦੀ ਚੀਜ਼ਾਂ ਖਾ ਰਹੀਆਂ ਬਟ ਇਸ ਮੁਲਕ ਦੇ ਜਿਹੜੇ ਰੂਲਰਸ ਆ ਉਹਨਾਂ ਦੇ ਵਿੱਚ ਇਸ ਕਿਸਮ ਦੀ ਇਨਸਾਨੀਅਤ ਨਹੀਂ ਕਿ ਦੇ ਸ਼ੁੱਡ ਓਪਨ ਇਟ ਟੂ ਦਾ ਪੀਪਲ ਹੂ ਆਰ ਹੰਗਰੀ ਹੂ ਡਾਈਂਗ ਆਫ ਹੰਗਰ ਸਰ ਤੁਸੀਂ ਇਹ ਵਰਡ ਯੂਜ਼ ਕੀਤਾ ਰੂਲਰਸ ਰਾਈਟ ਬਟ ਇੰਡੀਆ ਇਜ਼ ਅ ਡੈਮੋਕ੍ਰੇਸੀ ਦੀਸ ਆਰ ਪਬਲਿਕਲੀ ਇਲੈਕਟਿਡ ਅਫੀਸ਼ੀਅਲਸ ਸੋ ਰੂਲਰਸ ਤੁਸੀਂ ਇਹ ਲਵਸ ਮੈਨੂੰ ਨਹੀਂ ਲੱਗਦਾ ਗਲਤੀ ਨਾਲ ਇਸਤੇਮਾਲ ਕੀਤਾ ਹੈ ਤੁਸੀਂ ਪਰਪਸਫੁਲੀ ਯੂਜ਼ ਕੀਤਾ ਹੈ ਪਰਪਸਫੁਲੀ ਯੂਜ਼ ਕੀਤਾ ਸੋਚ ਸਮਝ ਕੇ ਯੂਜ਼ ਕੀਤਾ ਔਨ ਦੀ ਨੇਮ ਆਫ ਡੈਮੋਕ੍ਰੇਸੀ ਦੋਸ ਪੀਪਲ ਹੂ ਕੈਪਚਰ ਪਾਰ ਦੇ ਐਕਸਪਲੋਇਟ ਥੈਟ ਅਰਲੀਅਰ ਯੂ نو ਹੁਣੇ ਗਣਤੰਤਰ ਰਿਪਬਲਿਕ ਡੇ ਨੰਗ ਗਿਆ ਜਿੱਥੇ ਸਾਰੀ ਕੰਟਰੋਵਰਸੀ ਚੱਲੀ ਹੈ ਜੀ ਜੀ ਵੈਨ ਥਿਸ ਥਿਸ ਯੂ نو ਕੰਟਰੀ ਵਾਸ ਡਿਕਲੇਅਰਡ ਐਜ਼ ਰਿਪਬਲਿਕ ਇਟ ਵਾਸ ਅ ਰਿਪਬਲਿਕ ਆਫ ਹੋਪ ਬਟ ਅਨਫੋਰਚੂਨੇਟਲੀ ਇਟਸ ਅ ਰਿਪਬਲਿਕ ਆਫ ਫੀਅਰ ਅੱਜ ਸਾਰੇ ਮੁਲਕ ਦੇ ਵਿੱਚ ਜੀ ਹਰ ਜਿਹੜਾ ਵਰਗ ਆ ਜੀ एवरी ਸੈਕਸ਼ਨ ਆਫ ਦ ਸੋਸਾਇਟੀ ਜੀ ਵੈਦਰ ਹੀ ਇਜ਼ ਅ ਵਰਕਿੰਗ ਪਰਸਨ ਔਰ ਹੀ ਇਜ਼ ਡੂਇੰਗ ਐਨੀ ਬਿਜ਼ਨਸ or he is an industrialist whatever he may be he feels you know fear stricken from whom from the rulers ji they have destroyed all the institutions of the republic which had sanctity of humanity ji to huney recently jehra world da hunger da graph aaya ji jis hunger de graph te india jehra hai 107ve number te chaleya gaya ji aur pakistan to bhi niche hai aur nepal to bhi niche hai बांग्लादेश ਤੋਂ ਵੀ نیچے ਹੈ ਅ શ્રીਲੰਕਾ ਤੋਂ ਵੀ نیچے ਹੈ ਤਾਂ ਮਤਲਬ ਹਾਊ ਡਸ ਦ ਗਵਰਨਮੈਂਟ ਤੁਹਾਡੇ ਖਿਆਲ ਚ ਇਸ ਚੀਜ਼ ਨੂੰ ਕਿਦਾਂ ਐਕਸਪਲੇਨ ਕਰਦੀ ਹੈ ਇਹ ਤਾਂ ਹਾਰਡ ਨੰਬਰਸ ਹੈਗੇ ਹਾਂਜੀ ਉਹ ਨਾਲੇ ਨੰਬਰਸ ਆ ਜਿਹੜੇ ਨਾਟ ਬਾਈ ਐਨੀ ਵੈਸਟਡ ਇੰਟਰਸਟ ਉਹ ਇੰਡੀਪੈਂਡੈਂਟ ਏਜੰਸੀਜ਼ ਹੈਗੀਆਂ ਉਹਨਾਂ ਨੇ ਉਹ ਨੰਬਰ ਸਾਰੀ ਦੁਨੀਆ ਦੇ ਦਿੱਤੇ ਆ ਔਰ ਉਹ ਨੰਬਰ ਇਨਕਰੀਜ਼ ਕਰ ਰਹੇ ਆ ਇੰਡੀਆ ਦੇ ਵਿੱਚ ਆਰ ਇਨ ਹੀ ਇਹ ਆਰ ਇਨ ਹੀ ਆਫ ਦ ਸਿਚੁਏਸ਼ਨ ਇਜ਼ ਦ ਨੰਬਰ ਇਜ਼ ਇਨਕਰੀਜ਼ਿੰਗ ਵੈਰੀ ਫਾਸਟ ਹੂੰ ਤੋ ਜਿਸ ਮੁਲਕ ਦੇ ਵਿੱਚ 8 10 ਕਰੋੜ ਆਦਮੀ ਯੂ نو ਪੁਕਸ ਹੁੰਦਾ ਲੁੱਕ ਐਟ ਥੇਅਰ 트ੈਜੇਡੀ ਲੁੱਕ ਐਟ ਥੇਅਰ ਯੂ نو ਪੀਟੀਬਲ ਸਿਚੁਏਸ਼ਨ ਸੋ ਯੂ نو ਇਨ ਅ ਸੈਂਸਰ ਊਡ ਯੂ ਸੇ ਕਿ ਅੱਜ ਦੀ ਡੇਟ ਵਿੱਚ ਇੱਕ ਕਿਸਾਨ ਅੰਦੋਲਨ ਨਾ ਕਿ ਸਿਰਫ ਇਨ ਕਾਨੂੰਨਾ ਦੇ ਖਿਲਾਫ ਜਾਂ ਕਿਸੇ ਇੱਕ ਕਿਸਾਨ ਦੀ ਆਪਣੀ ਜ਼ਮੀਨ ਨੂੰ ਲੈ ਕੇ ਲੜਾਈ ਹੈ ਬਟ ਇੱਕ ਕਿਸਮ ਦੀ ਇੱਥੇ ਦੀ ਪੂਰੀ ਜੋ ਇੰਪੋਵਰਿਸ਼ਡ ਯਾ ਹੰਗਰੀ ਸਿਟੀਜ਼ਨਰੀ ਹੈਗੀ ਜੋ ਵਧ ਰਹੀ ਹੈ ਡੇ ਟੂ ਡੇ ਜਿਦਾ ਤੁਸੀਂ ਕਿਹਾ ਹੈ ਸਾਰਿਆਂ ਦੀ ਲੜਾਈ ਹੈ absolutely it's a much bigger fight hmm. apparent it looks that it is against these three laws ji mm -hmm. aur mm -hmm. dekho language the de kis tarike de naal utilization kiti ja rahi hai projecting the, those black laws reforms reform is empowerment ji reform is a very positive and loving mm -hmm. word ji mm -hmm. ji loving word you like it reform mm -hmm. Mm -hmm. hona chahida haan ji o oh, the jodi uh, ruling elite ਉਸ ਨੂੰ ਰਿਫਾਰਮ ਕਹਿ ਰਹੇ ਹਨ। ਹਮਮ ਔਰ ਵੈਰੀ ਗੁੱਡ ਮਤਲਬ ਓਨਲੀ ਪਾਰਟ ਆਫ ðiਸ ਫਾਰਮਰਸ ਹੂ ਆਰ ਯੂ ਨੋ ਥੋਟ ਟੂ ਬੀ ਨਾਟ ਵੈਰੀ ਲਿਟਰੇਟ ਪੀਪਲ ਉਹ ਇਸ ਨੂੰ ਕਾਲੇ ਕਾਨੂੰਨ ਕਹਿ ਰਹੇ ਹਨ। ਹਮਮ ਬਟ ਇਟ ਇਜ਼ ਮੱਚ ਵਰਸ ਦੈਟ ਜੀ ਇਸ ਦੇ ਪਿੱਛੇ ਬਹੁਤ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਗਰੂਸ ਵਿਦਨ ਗਰੂਸ ਹਮਮ ਇਹ ਲੜਾਈ ਕੱਲੀ ਕਿਸਾਨਾਂ ਦੀ ਨਹੀਂ ਹੈ। ਇਹ ਲੜਾਈ ਉਹ ਲੋਕਾਂ ਦੀ ਵੀ ਹੈ ਜਿਨ੍ਹਾਂ ਨੂੰ ਅੱਜ ਤੱਕ ਐਕਸਪਲੋਇਟ ਕੀਤਾ ਗਿਆ ਹੈ। Gee. from every aspect politically socially economically from every uh, you know aspect mm. they have all joined they find solace in joining these people who are yeah. fighting yeah. ਫਾਈਟਿੰਗ ਫॉर ਵੈਰੀ ਲੈਜਿਟਿਮੇਟ ਰਾਈਟਸ ਸਰ ਸੋ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਰੀਸੈਂਟਲੀ ਅਗਰ ਮੈਂ ਗੱਲ ਕਰਾਂ ਪਿਛਲੇ ਫ੍ਰਾਈਡੇ ਸਿੰਘੂ ਬਾਰਡਰ ਤੇ ਕੁਝ ਆਪਾਂ ਕਹਿ ਸਕਦੇ ਕਾਉਂਟਰ ਪ੍ਰੋਟੈਸਟਰਸ ਵੇਖਣ ਨੂੰ ਮਿਲੇ ਉਹਨਾਂ ਦੀ ਨਾਰਾਬਾਜ਼ੀ ਇਸ ਤਰ੍ਹਾਂ ਚੱਲ ਰਹੀ ਸੀ ਕਿ ਸਾਡਾ ਹਿੰਦੁਸਤਾਨ ਹੈ ਇਹ ਸਾਡਾ ਤਿਰੰਗਾ ਹੈ ਹੈਨਾ ਕਿ ਤੁਸੀਂ ਕਿਸਾਨ ਤੁਸੀਂ ਇੱਥੇ ਹਟ ਜਾਓ ਤੇ ਉਹ ਕਾਦੇ ਲਈ ਲੜ ਰਹੇ ਆ ਮੈਂ ਤੁਹਾਨੂੰ ਉਹਦੀ ਵੀ ਦੱਸ ਦਿੰਦਾ ਦੇਖੋ ਜਿਹੜੀ ਆਰਐਸਐਸ ਐਜੰਸੀ ਜੀ ਇਸ ਦੀ ਬਾਈ ਪ੍ਰੋਡਕਟ ਬੀਜਪੀ ਜਿਹੜੇ ਮੋਦੀ ਸਾਹਿਬ ਦੀ ਪਾਰਟੀ ਹੈ ਉਹਨਾਂ ਨੇ ਅੱਜ ਤੱਕ ਤਿਰੰਗਾ ਜਿਹੜਾ ਝੰਡਾ ਹੈਗਾ ਟ੍ਰਾਈ ਕਲਰ ਫਲੈਗ ਉਸ ਨੂੰ ਐਕਸੈਪਟ ਨਹੀਂ ਕੀਤਾ ਉਹ ਕੀ ਕਹਿੰਦੇ ਆ ਭਗਮਾ ਤੁਜ ਹੂੰ ਭਗਮਾ ਤੁਜ ਭਗਮਾ ਉਹਨਾਂ ਦਾ ਕਲਰ ਆ ਔਰ ਉਹ ਤੁਜ ਨੂੰ ਉਹਨੂੰ ਝੰਡੇ ਨੂੰ ਤੁਜ ਕਹਿੰਦੇ ਆ ਉਹਨਾਂ ਦੇ ਕਿਸੇ ਇੰਸਟੀਚਿਊਸ਼ਨ ਦੇ ਉੱਤੇ ਕਿਸੇ ਆਫਿਸ ਦੇ ਉੱਤੇ ਕਿਸੇ ਆਰਗੇਨਾਈਜੇਸ਼ਨ ਦੀ ਜਿਹੜੀ ਸ਼ਾਖਾ ਚੱਲਦੀਆਂ ਹੂੰ ਉਹਨਾਂ ਚਤਰੰਗਾ ਨਹੀਂ ਲਹਿਰਾਇਆ ਜਾ ਸਕਦਾ ਉਹਦੇ ਵਿੱਚ ਸਿਰਫ ਭਗਵੰਤ ਤਵਜ ਹੀ ਹੋਏਗਾ ਭਗਵੰਤ ਤਵਜ ਹੀ ਹੋਏਗਾ ਔਰ ਉਹਨਾਂ ਦੇ ਆਪਣਾ ਜਿਹੜਾ ਮੇਨ ਆਫਿਸ ਹੈ ਜਿਹੜਾ ਉਹਨਾਂ ਦੀ ਹੈਡਕੁਆਟਰ ਨਾਗਪੁਰ ਦੇ ਵਿੱਚ ਉਹਦੇ ਵਿੱਚ ਵੀ ਭਗਵੰਤ ਤਵਜ ਉੱਥੇ ਦਿੱਲੀ ਦੇ ਵਿੱਚ ਉਹਨਾਂ ਦਾ ਹੈਗਾ ਦੂਸਰਾ ਸੈਕੰਡ ਨਾ ਕੰਪੇਅਰ ਦਿਸ ਜੋ ਮੋਰਚਸ ਤੁਸੀਂ ਆ ਜਾਂਦੇ ਹੋ ਅਗਰ ਆਪਾਂ ਰਿਪਬਲਿਕ ਡੇ ਦੀ ਗੱਲ ਕਰ ਰਹੇ ਹਾਂ ਉਹ ਹੀ ਗੱਲ ਉਹ ਹੁਣ ਉਸ ਤੋਂ ਬਾਅਦ ਕੀ ਹੈ ਜਿਹੜੀ ਇਸ ਵੇਲੇ ਜਿਹੜਾ ਇਹ ਸਾਰੀ ਅੰਦੋਲਨ ਜਿਸ ਨੂੰ ਕਹਿੰਦੇ ਆ ਮੈਂ ਇਸ ਨੂੰ ਰੈਵੋਲੂਸ਼ਨ ਕਹਿੰਦਾ ਇਸ ਰੈਵੋਲੂਸ਼ਨ ਦੇ ਵਿੱਚ ਉਹ ਦੇ ਫਾਈਂਡ ਇਟ ਡਿਫਿਕਲਟ ਟੂ ਡੀਲ ਵਿਦ ਇਟ ਹੂੰ ਸੋ ਦੇ ਵਾਂਟ ਟੂ ਬ੍ਰੇਕ ਇਟ ਬਾਈ ਫੌਲ ਮੀਨਸ ਤੋ ਉਸ ਦੇ ਵਿੱਚ ਜਿਹੜੇ ਉਹਨਾਂ ਨੇ ਮਤਲਬ ਜਿਸ ਕਿਸਮ ਦੇ ਉਹ ਬੰਦੇ ਉਹ ਕੀ ਕਰਦੇ ਆ ਪਹਿਲਾਂ ਤਾਂ ਉਸ ਨੂੰ ਬਦਨਾਮ ਕਰਦੇ ਆ ਉਹਨਾਂ ਦਾ ਆਪਣਾ ਗੋਦੀ ਮੀਡੀਆ ਜਿਸ ਨੂੰ ਅਸੀਂ ਇੰਡੀਆ ਚ ਕਹਿੰਦੇ ਆ ਬਹੁਤ ਪਾਵਰਫੁਲ ਮੀਡੀਆ ਜਿਹੜਾ ਉਹਨਾਂ ਨੇ ਬਿਲਡ ਕੀਤਾ ਵਿਆ ਆਫਟਰ ਗੈਟਿੰਗ ਸੋ ਸੋ ਮਚ ਆਫ ਮਨੀ ਫਰਮ ਥੀਸ ਕਾਰਪੋਰੇਟਸ ਜਿਹੜੇ ਅੰਬਾਨੀ ਅਡਾਨੀ ਜਾਂ ਦੂਸਰੇ ਹੋਰ ਉਹ ਮੋਦੀ ਜਿਹੜਾ ਮੀਡੀਆ ਹੈ ਗੋਦੀ ਮੀਡੀਆ ਉਹ ਮਤਲਬ ਉਸੇ ਵੇਲੇ ਪਿਕ ਅਪ ਕਰ ਲੈਂਦਾ ਉਹਨਾਂ ਦਾ ਆਈਟੀ ਸੈਲਰ ਵਿਚ ਇਜ਼ ਵੈਰੀ ਪਾਵਰਫੁਲ ਮਚ ਬਿਗਰ ਐਕਸਕਿਊਜ਼ ਮੀ ਮਚ ਬਿਗਰ ਦੈਨ ਇਨ ਇਵਨ ਟਰੰਪਸ you know जी, it जी, media जी, and uh, biden the richest country जी, in the जी, world ਤੋ ਉਹ ਮਿਲੀਅਨਸ ਐਂਡ ਬਿਲੀਅਨਸ ਆਫ ਰੁਪੀਸ ਦੇ ਸਪੈਂਡ ਔਨ ਥੈਟ ਸੋ ਉਹ ਇੱਕ ਇਸ ਕਿਸਮ ਦਾ ਚਲਾ ਦਿੰਦੇ ਆ ਉਸ ਨੂੰ ਕਿ ਲੋਕਾਂ ਦੇ ਮਾਈਂਡ ਦੇ ਉੱਤੇ ਇੱਕ ਇੰਪ੍ਰੈਸ਼ਨਸ ਕ੍ਰੀਏਟ ਹੋ ਜਾਂਦੇ ਆ ਉਸ ਤੋਂ ਬਾਅਦ ਪੇਂਟਿੰਗ ਐਂਡ ਨੈਰੇਟਿਵ ਨੈਰੇਟਿਵ ਸੋ ਪਾਵਰਫੁਲੀ ਪੇਂਟਡ ਕਿ ਤੁਸੀਂ ਯੂ ਸੀ ਰਾਈਟ ਦੀ ਸੇਮ ਥਿੰਗ ਯੂ ਸੀ ਲੈਫਟ ਦੀ ਸੇਮ ਥਿੰਗ ਯੂ ਸੀ ਐਂਡ ਯੂ ਥਿੰਕ ਇਟ ਮਸਟ ਬੀ ਟਰੂ ਇਟ ਮਸਟ ਜਦੋਂ ਵੈਨ ਯੂ ਸੀ ਅ ਪਾਰਟਿਕੂਲਰ ਥਿੰਗ So here particular you know thing then obviously your mind will be corrupted towards that side mm -hmm. to is karke o oh, matlab o oh, chalaunde hai media phir us to baad unhone unlawful bande rakhe ve those who are very violent mm -hmm. and they are very aggressive mm -hmm. and they attack mm -hmm. they attack forcefully with all the very you know strong weapons mm -hmm. ਤੋ ਉਹਨਾਂ ਨੂੰ ਮਾਰਦੇ ਵਿਚਾਰਿਆਂ ਨੂੰ ਜਿਹੜੇ ਐਜੀਟੇਸ਼ਨ ਕਰਦੇ अर्ਲੀਅਰ ਦੇ ਹੈਵ ਡਨ ਥੈਟ ਹੂੰ ਜੋ ਉੱਥੇ ਬਾਗ ਦੇ ਵਿੱਚ ਹੋਇਆ ਉਸ ਤੋਂ ਬਾਅਦ ਵੀ ਕਿੰਨੀ ਜਗ੍ਹਾ ਹੋਇਆ ਹੁਣ ਨਾਓ ਦੇ ਆ ਡੀਲਿੰਗ ਵਿਦ ਅ ਪਰਟੀਕੂਲਰ ਕਲਾਸ ਆਫ ਪੀਪਲ Who are farmers mm. who were comparatively stronger ਜੀ ਦੈਨ ਦੋਸ ਪੀਪਲ ਜੀ ਯੂਨੀਵਰਸਿਟੀ ਵਾਲੇ ਸਟੂਡੈਂਟਸ ਟੀਚਰ ਜਿਹੜੇ ਜੀ 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 ਜਵਾਲਾ ਨਰੂ ਯੂਨੀਵਰਸਿਟੀ ਦੇ ਟੀਚਰ ਵਗੈਰਾ ਸੀ ਦੇ ਆਰ ਸੌਫਟ ਪੀਪਲ ਫਿਜ਼ੀਕਲੀ ਹਾ ਨਿਊ ਸਟੂਡੈਂਟਸ ਆਰ ਸੌਫਟ ਪੀਪਲ ਫਿਜ਼ੀਕਲੀ ਬਟ ਮੈਂਟਲੀ ਦੇ ਆਰ ਸਟਰੋਂਗ ਪੀਪਲ ਬਟ ਹੇਅਰ ਆਰ ਦ ਪੀਪਲ Who are physically strong and mentally also and spiritually and spiritually also they are motivated by the ideology of Guru Nanak ਜੀ ਉਹਨਾਂ ਦੀ ਇਨਸਪੀਰੇਸ਼ਨ ਸਿੱਖ ਗੁਰੂਆਂ ਤੋਂ ਹੈ ਔਰ ਸਿੱਖ ਗੁਰੂਆਂ ਦਾ ਸਾਰਾ ਜਿਹੜਾ ਸਟਰਕਚਰ ਹੈਗਾ ਸਾਡਾ ਸਿੱਖੀ ਦਾ ਉਹ ਮਾਰਟ ਡਰਮ ਤੇ ਬੇਸਡ ਹੈਗਾ ਬਿਲਕੁਲ ਸੋ ਅਸੀਂ ਮਤਲਬ ਉਹਨਾਂ ਨੂੰ ਇਹਨਾਂ ਲੋਕਾਂ ਨੂੰ ਮਤਲਬ ਇਸ ਮੈਂ ਆਈ ਹੈਵ ਆਈ ਹੈਵ ਅੰਡਰਸਟੂਡ ਥਿਸ ਫੈਕਟ ਵੈਰੀ ਸਟਰੋਂਗਲੀ ਕਿ ਮੋਦੀ ਨੂੰ ਸਿੱਖਣ ਦੀ ਸਾਈਕੀ ਦਾ ਪਤਾ ਨਹੀਂ ਹੀ ਇਜ਼ ਨਾਟ ਅ ਵੈਰੀ ਲਿਟਰੇਟ ਪਰਸਨ ਇਫ ਹੀ ਡਿਡਨਟ ਨੋ ਤੇ ਉਹਨੂੰ ਉਹਨਾਂ ਨੂੰ ਉਸ ਚੀਜ਼ ਬਾਰੇ ਬਿਲਕੁਲ ਕ੍ਰੈਸ਼ ਕੋਰਸ ਮਿਲ ਰਿਹਾ ਹੈ ਤਾਂ ਹੁਣ ਉਹਨੂੰ ਮਤਲਬ ਮੇਰਾ ਖਿਆਲ ਹੈ ਥੋੜੀ ਬਹੁਤੀ ਸਮਝ ਆ ਰਹੀ ਵੈਨ ਫਿਜ਼ਿਕਲੀ ਹੀ ਇਸ ਕਨਫਰੰਟਿੰਗ ਦੈਮ ਤੋ ਉਸ ਕਨਫਰੰਟੇਸ਼ਨ ਦੇ ਵਿੱਚੋਂ ਇਟ ਇਜ਼ ਵੈਰੀ ਟਫ অর ਡਿਫਿਕਲਟ ਫਾਰ ਹਿਮ ਟੂ ਗੈਟ ਆਊਟ ਆਫ ਇਟ ਹੈਂਸ ਦਾ ਡੈਡ ਲੌਕ ਦੈਟ ਵੀ ਆਰ ਸੀਇੰਗ ਹਾਂਜੀ ਹੈਂਸ ਦਾ ਡੈਡ ਲੌਕ ਹਾਂ ਹੈਂਸ ਦਾ ਡੈਡ ਲੌਕ ਔਰ ਫਾਰ ਦਾ ਫਰਸਟ ਟਾਈਮ ਉਸ ਨੇ ਜਿਹੜੀ ਗੱਲ ਕੀਤੀ ਆ ਵੀ ਮੈਂ ਇਦੇ ਤੇ ਕੋਈ ਨਾ ਕੋਈ ਗੱਲਬਾਤ ਕਰਨ ਨੂੰ ਤਿਆਰ ਫਸਟ ਟਾਈਮ ਜੀ ਇਨ ਹਿਸ ਹਲ ਟੋਟਲ ਪੋਲਿਟিক্যাল ਕਰੀਅਰ ਜੀ ਜੀ ਦੇਖੋ ਨਾ ਪਹਿਲਾ 5 ਸਾਲ ਫੋਂ ਦੂਸਰੇ 1.5 ਸਾਲ ਉਸ ਦੇ ਵਿੱਚ ਪਹਿਲੀ ਵਾਰ ਉਹਨੇ ਕਿਹਾ ਵੀ ਵੀਕ ਐ ਨੈਗੋਸ਼ੀਏਟ ਯਾ ਸੋ ਇਹ ਮਤਲਬ ਬਹੁਤ ਬੜੀ ਲੜਾਈ ਆ ਦੇਖਣ ਨੂੰ ਲੱਗਦੀ ਐ ਸਿੰਪਲ ਇਹ ਤਿੰਨ ਕਾਨੂੰਨਾਂ ਦੀ ਲੜਾਈ ਆ ਤਿੰਨ ਕਾਨੂੰਨਾਂ ਦੀ ਵੀ ਲੜਾਈ ਆ ਪਰ ਉਸ ਤੋਂ ਉੱਪਰ ਵੀ ਲੜਾਈ ਆ ਵੈਦਰ ਥਿਸ ਆਈਡੀਓਲੋਜੀ ਪ੍ਰੋਪਗੇਟਿਡ ਬਾਈ ਮੋਦੀ ਐਂਡ ਆਰਐਸਐਸ has to prevail ji. or they have to scum G. absolutely do or die the question do or die um uh -huh. very powerful words uh, professor gurdarshan singh thilloji a uh, sikh scholar author uh, expert on these matters thank you so much to settle time kadde as program de which zarur tusi phir aake sade naal judo sade viewers nu thodi ji apni insight fir share but sir mm -hmm. thank you again thank you sasika ब्रेक ਤੋਂ ਬਾਅਦ ਇੱਕ ਬੜੀ ਫਿਰ ਸਾਇਦ ਆਵਾਗਤ ਮੀਰੇ ਕੇ ਤੁਹਾਨੂੰ ਇਸ ਐਪੀਸੋਡ ਵਿੱਚ ਇੱਕ ਵੱਖਰੀ ਝਲਕ ਅਤੇ ਇੱਕ ਵੱਖਰਾ ਪੱਖ ਸੁਣਨ ਨੂੰ ਮਿਲਿਆ ਹੋਵੇਗਾ ਭਾਵੇਂ ਮੋਰਚੇ ਦੇ ਨਾਲ ਜੁੜਿਆ ਹੋਇਆ ਐਪੀਸੋਡ ਜ਼ਰੂਰ ਹੈ ਬਟ ਇਹ ਸਾਡੇ ਇਤਿਹਾਸ ਦੇ ਨਾਲ ਵੀ ਜੁੜਿਆ ਹੈ ਜਿੱਦਾਂ ਇਹ ਮੂਵਮੈਂਟ ਸਾਡੇ ਤੁਸੀਂ ਕਹਿ ਲਓ ਇੱਕ ਸਿੱਖ ਹੋਣ ਦੇ ਨਾਤੇ ਸਾਡੇ ਖੂਨ ਦੇ ਵਿੱਚ ਇਹ ਲਹਿਰ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਮੂਵਮੈਂਟ ਵੀ ਕੋਈ ਨਵੀਂ ਚੀਜ਼ ਨਹੀਂ ਹੈ ਸਿੱਖਾਂ ਲਈ ਪੰਜਾਬੀਆਂ ਲਈ ਤੇ ਇਸ ਚੀਜ਼ ਨੂੰ ਲੈ ਕੇ ਸਾਡੇ ਗੈਸਟ ਜੋ ਸਾਡੇ ਨਾਲ ਜੁੜੇ ਸੀ ਹਾਪਫੁਲੀ ਉਹਨਾਂ ਦੀ ਕੁਝ ਇਨਸਾਈਟ ਤੁਹਾਨੂੰ ਵਧੀਆ ਲੱਗੀ ਹੋਏਗੀ ਕੋਈ ਕੁਐਸਚਨਸ ਕਮੈਂਟਸ ਕਨਸਰਨ ਸਾਡੇ ਲਈ ਉਹਨਾਂ ਲਈ बिकॉज ਇਨਫੋਰਚਨਟਲੀ ਪ੍ਰੋਗਰਾਮ ਲਾਈਵ طور ਨਾਲ ਨਹੀਂ ਪੇਸ਼ ਕਰ ਸਕੇ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com ashmit@justbroadcasting.com ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ